ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ, ਸ਼ੁਰੂਆਤ ਕਰਦੇ ਹਾਂ ਖਿਡਾਰੀਆਂ ਦੇ ਲਈ ਖੁਸ਼ਖਬਰੀ। ਭਗਵੰਤ ਮਾਨ ਸਰਕਾਰ ਇਸ ਮਹੀਨੇ ਕਰਵਾ ਰਹੀ ਆ ਖੇਡ ਮੇਲਾ 11 ਤੋਂ ਰਜਿਸਟ੍ਰੇਸ਼ਨ ਸ਼ੁਰੂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ ਕਦਮ ਚੱਕ ਰਹੀ ਆ। ਪੰਜਾਬ ਦੇ ਵਿੱਚ ਖੇਡ 29 ਅਗਸਤ ਤੋਂ ਖੇਡ ਮੇਲਾ ਕਰਵਾਇਆ ਜਾ ਰਿਹਾ ਜੀ। ਕੈਬਨਿਟ ਮੰਤਰੀ ਗੁਰਮੀਤ ਹੇਰ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਇਸ ਦੌਰਾਨ ਦੇਸ਼ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਕਾਮਨਵੈਲਥ ਵਿੱਚ ਤਿਰੰਗਾ ਲਹਿਰਾਇਆ। ਉੱਥੇ ਹੀ ਪੰਜਾਬ ਦੇ 17 ਖਿਡਾਰੀਆਂ ਨੇ ਵੀ ਮੈਡਲ ਜਿੱਤੇ ਹਨ। ਮੀਤ ਹੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਗਮਾ ਜਿੱਤਣ ਵਾਲੇ ਸਾਰੇ ਪੰਜਾਬ ਦੇ ਖਿਡਾਰੀਆਂ ਦੇ ਲਈ ਕੈਸ਼ ਇਨਾਮ ਦਾ ਐਲਾਨ ਕੀਤਾ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਖਿਡਾਰੀਆਂ ਨੂੰ ਕੈਸ਼ ਇਨਾਮ ਦਿੱਤਾ ਜਾਵੇਗਾ। ਜਿਹੜੇ ਖਿਡਾਰੀ ਨਵੇਂ ਨੇ ਉਹਨਾਂ ਨੂੰ ਮੈਡਲ ਤੱਕ ਕਿਵੇਂ ਲੈ ਕੇ ਜਾਵੇ ਪੰਜਾਬ ਸਰਕਾਰ ਦੇ ਵਿੱਚ ਇਸ ਕੋਸ਼ਿਸ਼ ਦੇ ਵਿੱਚ ਆ, ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਜੋ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਯਾਨੀ ਕਿ 29 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਸਾਰੇ ਮੈਚ ਕਰਵਾਏ ਜਾਣਗੇ ਔਨਲਾਈਨ ਰਜਿਸਟ੍ਰੇਸ਼ਨ। ਇਸ ਵਾਰ ਅੰਡਰ 14 ਖਿਡਾਰੀਆਂ ਤੋਂ ਲੈ ਕੇ 50 ਸਾਲ ਦੇ ਉਮਰ ਤੋਂ ਵੱਧ ਵਾਲੇ ਹਿੱਸਾ ਲੈ ਸਕਦੇ ਨੇ। ਪੰਜਾਬ ਵਿੱਚ ਸਪੋਰਟਸ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਸਰਕਾਰ ਦਾ ਮਕਸਦ ਹੈ। ਖੇਡ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਨੂੰ ਦਿੱਤੀ ਵਧਾਈ। ਕਿਹਾ ਪੰਜਾਬ ਦੇ ਤਗਮਾ ਜੇਤੂ 18 ਖਿਡਾਰੀਆਂ ਨੂੰ ਮਿਲੇਗਾ ਨਗਦ ਰਾਸ਼ੀ ਦੇ ਵਿੱਚ ਇਨਾਮ। ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਬ੍ਰੇਕਿੰਗ ਨਿਊਜ਼ ਆ ਜੀ, ਮੁੜ ਮੁਸ਼ਕਲਾਂ 'ਚੋਂ ਆਏ ਪੰਜਾਬੀ ਗਾਇਕ ਮਨਕੀਰਤ ਔਲਖ। ਚੰਡੀਗੜ੍ਹ ਅਦਾਲਤ ਨੇ ਨੋਟਿਸ ਕੀਤਾ ਜਾਰੀ। ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਗਾਇਕ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ। ਮਨਕੀਰਤ ਦੇ ਗੀਤ 8 ਰਫਲਾਂ 'ਤੇ ਇਤਰਾਜ਼ ਲਾਇਆ ਗਿਆ ਜਿਸ 8 ਸਤੰਬਰ ਤੱਕ ਗਾਇਕ ਤੋਂ ਵਾਪਸ ਜਵਾਬ ਮੰਗਿਆ ਗਿਆ ਜੀ। ਮਨਕੀਰਤ 'ਤੇ ਇਲਜ਼ਾਮ ਹੈ ਕਿ ਇਸ ਗੀਤ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਨੀਲ ਮੱਲਨ ਐਡਵੋਕੇਟ ਦੇ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਆ ਜੀ। ਉਸ ਦੇ ਖਿਲਾਫ਼ FIR ਦਰਜ ਕਰਨ, ਗੀਤ ਸੋਸ਼ਲ ਮੀਡੀਆ ਤੋਂ ਡਿਲੀਟ ਕਰਨ ਅਤੇ ਗੀਤ ਤੋਂ ਕੀਤੀ ਗਈ ਕਮਾਈ ਲੋੜਵੰਦਾਂ ਦੇ ਵਿੱਚ ਵੰਡਣ ਦੀ ਮੰਗ ਕੀਤੀ ਗਈ ਹੈ। ਬਿਹਾਰ ਦੇ ਵਿੱਚ ਟੁੱਟਿਆ JDU ਭਾਜਪਾ ਗੱਠਜੋੜ। ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ। ਹੁਣ RJD ਦੇ ਨਾਲ ਮਿਲ ਕੇ ਬਣਾਉਣਗੇ ਸਰਕਾਰ। ਬਿਹਾਰ ਦੇ ਵਿੱਚ ਚੱਲ ਰਹੇ ਸਿਆਸੀ ਸੰਕਟ ਦੇ ਦਰਮਿਆਨ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। JDU ਨੇਤਾ ਨਿਤੀਸ਼ ਕੁਮਾਰ ਨੇ ਰਾਜਭਵਨ ਦੇ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕੀਤੀ, ਆਪਣਾ ਅਸਤੀਫਾ ਸੌਂਪਿਆ। ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿੱਚ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਸਾਨੂੰ NDA ਛੱਡ ਦੇਣੀ ਚਾਹੀਦੀ। ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ JDU ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਸਾਨੂੰ ਜਲੀਲ ਕੀਤਾ ਹੈ। JDU ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ। ਮੁੱਖ ਮੰਤਰੀ ਨੇ ਕਿਹਾ ਕਿ 2020 ਤੋਂ ਉਹਨਾਂ ਨੇ ਮੌਜੂਦਾ ਗੱਠਜੋੜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਚਿਰਾਗ ਪਾਸਵਾਨ ਦਾ ਨਾਂ ਲਾਏ ਬਿਨਾਂ ਉਹਨਾਂ ਨੇ ਕਿਹਾ ਜੀ ਅਜਿਹੀ ਹੀ ਇੱਕ ਮਿਸਾਲ ਹਨ। CM ਨੇ ਕਿਹਾ ਜੇਕਰ ਹੁਣੇ ਸੁਚੇਤ ਨਹੀਂ ਹੋਏ ਤਾਂ ਇਹ ਪਾਰਟੀ ਲਈ ਚੰਗਾ ਨਹੀਂ ਹੋਵੇਗਾ। JDU ਦੇ ਸਾਰੇ ਨੇਤਾਵਾਂ ਨੇ ਨਿਤੀਸ਼ ਕੁਮਾਰ ਦਾ ਸਮਰਥਨ ਕੀਤਾ ਹੈ। ਮਹਾਂਗਠਬੰਧਨ ਵੀ ਨਿਤੀਸ਼ ਕੁਮਾਰ ਦੇ ਨਾਲ ਹੈ। ਭਾਜਪਾ ਆਗੂਆਂ ਨੇ ਵੀ ਦੂਜੇ ਪਾਸੇ ਮੀਟਿੰਗ ਕਰ ਲਈ ਹੈ। ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੇ ਦੋਸ਼ ਹੇਠਾਂ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਨੂੰ ਕੀਤਾ ਗਿਆ ਬਰਖਾਸਤ। ਸਿਟੀ ਪਬਲਿਕ ਸਕੂਲ ਵਿੱਚ ਸਿੱਖ ਬੱਚਿਆਂ ਦੇ ਕੜੇ ਉਤਰਾਵਣ ਦੇ ਦੋਸ਼ ਹੇਠਾਂ ਪ੍ਰਬੰਧਕਾਂ ਨੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਨੂੰ ਸਕੂਲ 'ਚੋਂ ਬਰਖਾਸਤ ਕਰ ਦਿੱਤਾ ਹੈ। ਸਿੱਖ ਤਾਲਮੇਲ ਕਮੇਟੀ ਵੱਲੋਂ ਰੋਸ ਪ੍ਰਗਟਾਏ ਜਾਣ ਮਗਰੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸਿੱਖ ਭਾਈਚਾਰੇ ਕੋਲੋਂ ਮਾਫ਼ੀ ਵੀ ਮੰਗੀ ਆ। ਪ੍ਰਾਪਤ ਜਾਣਕਾਰੀ ਅਨੁਸਾਰ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁਰਜੀਤ ਸਿੰਘ, ਸਤਨਾਮ ਸਿੰਘ ਦੀ ਪੋਤਰੀ ਸਿਟੀ ਪਬਲਿਕ ਸਕੂਲ ਮਕਸੂਦਾਂ ਵਿੱਚ ਪੜ੍ਹਦੀ ਆ। ਸਵੇਰੇ ਸਕੂਲ 'ਚੋਂ ਦਾਖਲ ਹੋਈ ਉੱਥੇ ਖੜ੍ਹੀ ਮੈਡਮ ਭਾਵਨਾ ਚੱਡਾ, ਪ੍ਰਿੰਸੀਪਲ ਦਲਜੀਤ ਰਾਣਾ ਅਤੇ ਹੋਰਨਾਂ ਨੇ ਉਸਨੂੰ ਕੜਾ ਉਤਾਰਨ ਲਈ ਕਿਹਾ। ਉਹ ਕੜਾ ਉਤਾਰਨ ਤੋਂ ਇਨਕਾਰ ਕਰਦਿਆਂ ਸਕੂਲ ਤੋਂ ਬਾਹਰ ਆ ਕੇ ਲੜਕੀ ਨੇ ਸਾਰੀ ਗੱਲ ਆਪਣੇ ਦਾਦਾ ਗੁਰਜੀਤ ਸਿੰਘ ਨੂੰ ਦੱਸੀ ਅਤੇ ਇਸ ਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਨੂੰ ਦਿੱਤੀ, ਜਿਹੜੀ ਕਿ ਮੌਕੇ 'ਤੇ ਪਹੁੰਚ ਗਈ। ਸਕੂਲ ਵਿੱਚ ਭਾਵਨਾ ਚੱਡਾ ਦੇ ਹੱਥ ਵਿੱਚ 7-7 ਕੜੇ ਫੜੇ ਸਨ ਜੋ ਉਹਨਾਂ ਨੇ ਬੱਚਿਆਂ ਤੋਂ ਤਰਵਾਏ ਸਨ। ਇਹ ਸੂਚਨਾ ਮਿਲਣ ਮਗਰੋਂ ਪੁਲਿਸ ਅਧਿਆਪਕਾਂ ਨੂੰ ਥਾਣੇ ਲੈ ਗਈ। ਅਗਲੀ ਖਬਰ ਆ ਜੀ, ਜੇ ਤੁਸੀਂ ਟੈਕਸ ਛੋਟ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਦੀ ਇਸ ਸਕੀਮ ਦੇ ਵਿੱਚ ਲਾਓ ਪੈਸਾ। ਹਰ ਸਾਲ ਬਚੇਗਾ ਇੰਨਾ ਟੈਕਸ।
निवेश करना बहुत जोखिम भरिया, कई बार इस दे सिट्टे पे पहुँचना मुश्किल हो जाता है। कितने पैसा निवेश करना चाहिए, यह सुरक्षित रहे। इस तों इलावा हर आदमी अपनी मेहनत की कमाई तो टैक्स बचाना भी चाहता। जेकर तुसी अजिही स्कीम लेना चाहते हो तो तुसी अपना टैक्स बचाउण दे नाल नाल चंगा रिटर्न लै सकते हो। तुहानूं इंडिया पोस्ट की एक अजिही स्कीम बारे दसन जा रहे हैं जिथे तुहानूं दोवां दा फायदा होगा। पोस्ट ऑफ सिद्धी पबलिक प्रोविडेंट फंड यानी कि PPF स्कीम दे विच तुहानूं टैक्स की बचत दे नाल नाल बचत करन दा वधिया विकल्प दिंदी है जी। एक सुरक्षित निवेश दे नाल नाल टैक्स दे रूप में एक महत्वपूर्ण रकम बचा सकते हो। कौन खाता खोल सकता जी? कोई भी बालग भारतीय नागरिक डाकघर दे विच खाता खोल सकता है। तुसी 500 रुपए तो लैके 1.5 लाख रुपए प्रति साल जमा करवा सकते हो। खाता बंद करन दे लई तुहानूं बैंक दे विच जाना पवेगा। इस ते तुहानूं पंजवें ब्याज पंजवें दिन ते अंत दे महीने दे अंत दे विचकार खाते विच घट्टो घट बकाया रकम ते गिणिया जाएगा। सरकारी नौकरी हर किसी नूं नहीं दित्ती जा सकती। कैबिनेट मंत्री फौजा सिंह सरारी ने कहा है कि हर किसी नूं सरकारी नौकरी नहीं दित्ती जा सकती। जेकर हर कोई सरकारी नौकरी करेगा तो होर काम कौन करेगा। इस कारण सूबा सरकार वालों फूड प्रोसैसिंग ते जोर दिता जा रहा तां जो रुजगार के नवे मौके लभे जा सकन। पंजाब खेतीबाड़ी यूनिवर्सिटी में स्थित फूड टैक्नोलॉजी विभाग का दौरा करने मौके पत्रकारों नाल गलबात करदा कैबिनेट मंत्री ने कहा है कि सूबा सरकार वालों स्वै रुजगार नूं उत्साहित किया जा रहा है। इस दे विच फूड प्रोसैसिंग का कारोबार अहम भूमिका निभा रहा है। इस संबंधी PAU विच धरने ते बैठे विद्यार्थियों बारे उन्होंने कहा जी हर किसी नूं सरकारी नौकरी नहीं दित्ती जा सकती। सरकारी नौकरियां निर्धारित मापदंडां दे टैस्ट आधारित दित्तियां जांदियां ने। पिछलियां सरकारां दीआं गलत नीतियां का खमियाजा आम आदमी पार्टी भुगत रही है। अगली वड्डी खबर दोस्तों तुहाडे नाल सांझी कर रहे हैं जी। पंजाब सरकार वल्लों महिलावां नूं फ्री सफ़र की सहूलत देण करके प्राइवेट बस संचालकों ने सूबे भर दे विच कल दित्ता सी धरना। सो जिस दे नाल लोकां नूं बहुत खज्जल खराबी हुई। संचालकों ने सरकार तो मांग की कि ट्रांसपोर्ट विभाग पहला ही माड़ी स्थिति दे विच इह सहूलत दे के सरकार निजी बस संचालकों का भारी नुकसान कर रही है। निजी बस संचालकों ने कहा कि महिलावां प्राइवेट बसों में नहीं बैठदियां। उन्होंने कहना कि प्राइवेट सफ़र महंगा पैंदा, इन्ना किराया देना उन्होंने लिए औखा है। प्राइवेट संचालकों के धरने करके आम लोगों को बड़ियां समस्यावां का सामना करना पाया। अपनी मंजिल उपर पहुंचने में काफ़ी दिक्कतां भी आईयां। विजिलेंस ब्यूरो वालों पंचायती फंडा चों हेराफेरी लई सरपंच हरजीत कौर नूं गिरफ़्तार कर लिया गया जी। जिथे पटियाला जिले के पिंड आकड़ी की सरपंच हरजीत कौर ने पिंड के विकास कार्यों के नां ते पंचायती फंडा में 12.24 करोड़ रुपए का गबन करन दा दोष है जी। प्रगटावा विजिलेंस ब्यूरो ने किया है। कोलकाता एकीकृत कोरीडोर की उसारी लई 5 वख-वख पिंडों के 1104 एकड़ शामलाड जमीन एक्वायर की संबंधी पटियाला जिले के शंभू ब्लाक के 5 पिंडों की जिहड़ी 285 करोड़ की राशि दी गई सी। इस राशि विचों ग्राम पंचायत नूं 183 एकड़ 12 मरले जमीन के बदले 51 करोड़ रुपए ही मिले। अगली वड्डी खबर दोस्तों तुहाडे नाल सांझी कर रहे हैं जी। आज़ादी दिवस ते घरां चों तिरंगे लाउण ते सुखवाल खैरा ने आखी यह ट्वीट। आज़ादी दिवस ते हरेक घर तिरंगा लाउण दे नाल नाल पंचायत समिति दुराहा दे नां ते चैक कट्टण नूं लैके कांग्रसी विधायक सुखपाल खैरा ने पंजाब सरकार ते निशाना बिन्या। खैरा ने ट्वीट करदे लिखा कि हरेक पंचायत नूं लोकां दे घरां दे तिरंगा लहराउण दे खर्चे वजों BDPO नूं 1 तों 15 1 तों 1.5 हज़ार रुपए का योगदान पाउण लई मजबूर किया जा रहा है। कनेडा के हवाई अड्डियां ते मुसाफरां की खज्जल खुआरी की जाँच शुरू। फ्लाइट कैंसल होने सने वख-वख मुद्दों के कारण दा लाया जाएगा पता। सो पीयरसन इंटरनेशनल एयरपोर्ट सने कैनेडा के सारे हवाई अड्डों के यात्रियों को पिछले 4 महीनों तो खज्जल खुआरी का सामना करना पै रहा। फैडरल सरकार वालों हुण हाउस ऑफ कॉमनज ट्रांसपोर्ट कमेटी इस मामले की जाँच करेगी जिसकी जवाबदेही लई ट्रांसपोर्ट मंत्री भी तलब किया जाएगा। पंजाब के कैंसर रोगों के माहर डॉक्टर सेखो नहीं रहे। सो बड़ी दुखदायी खबर है जी। लगभग 65 साल की उम्र के उन्हों का अज सवेरे सवेरे तड़के देहांत हो गया। प्राप्त जानकारी के अनुसार वह जिगर की बीमारी तो पीड़ित सन। दिल्ली के एक हस्पताल में जेरे इलाज सन। डॉक्टरी खेत्र में उन्हों की पंजाब भर के एक वक्री पछाण सी। ओयो तो होटल का कमरा बुक करवाने वाले सावधान चंडीगढ़ के परिवार नाल वापरी अजिही घटना जिंदगी भर रहेगी याद। चंडीगढ़ के एक परिवार ने हिमाचल के चंबा गया सी जिथे परिवार के मैंबर वालों होटल बुकिंग साइट ओयो तो चंबा के
एक होटल जो चार बकर कमरे बुक करवाए गए परिवारक मैंबर चंडीगढ़ तो चंबा लई रवाना होए। इस गल तो बेखबर कि चंबा होटल में उसके ठहरन का प्रबंध से, पर जदों वह पहुँचे तो अजिहा होया कि सुपने के नहीं सोचा होगा। उन्होंने 5-6 घंटे होटल के बाहर बिताने पे। घटना 38 सैक्टर के रहने वाले राकेश कुमार गर्भ उत्ते उसके परिवारक मैंबर वापरी है। उन्होंने कहा जी चार कमरों की एडवांस बुकिंग से, जदों वो अपने परिवार नाल चंबा पहुँचा तो उत्थे बुक किए होटल स्टाफ ने कमरा देने तो इनकार कर दिता। होटल दे विच किसी तरह की कोई बुकिंग नहीं क्योंकि उन्हों का होटल वो नाल संबंधित ही नहीं। होटल के कमरे की बुकिंग लिए पहला ही भुगतान किया गया सी जिसके 7,870 रुपए बनते सन। ओए की लापरवाही करके उन्होंने 6 घंटे कड़ाके की ठंड में बिताने पे। प्रधानमंत्री मोदी को किन्ने पैसे हैं? प्रधानमंत्री दफ्तर ने दी जानकारी, मंत्रियों का भी दिता वेरवा। सो तुहानूं दस दईए कि प्रधानमंत्री की जायदाद वध के 26.13 लाख करोड़ रुपए की हो गई है। तो PMO के हवाले के वलों हुण तक 1,97,68,825 रुपए तो वध के 2,23,82,540 हो गई है, जिस दे विच फिक्स डिपॉजिट, बैंक बैलेंस, राष्ट्रीय बचत सर्टिफिकेट, जीवन बीमा पॉलिसियां, गहने और नकदी शामिल है। अगली वड्डी खबर दे विच तुहानू दस रहे हैं दोस्तों, रविंदर जडेजा तो अज खेडिया भी नहीं। प्रधानमंत्री नरेंद्र मोदी ने फिर क्यों की उसकी तारीफ? सो वड्डी खबर दोस्तों तुहाडे नाल सांझी कर रहे हैं जी। BCCI एशिया कप की टीम का ऐलान कर दिता जी। इस टीम से बतौर ऑलराउंडर रविंदर जडेजा और हार्दिक पांडे को मौका मिला जी। जडेजा वैसट इंडीज़ दौरे जो T20 भारतीय टीम का हिस्सा से, पर मैच 5 मैचों की टी सीरीज़ जो सिर्फ एक मैच खेडिया वो सट के कारण बाकी मैच नहीं खेड सकिया। पर जडेजा इन दिन सुर्खियों के ने देश के दे प्रधानमंत्री मोदी ने टीम प्रधान टीम इंडिया के ऑलराउंडर की तारीफ करद्या उसनों प्रशंसा पेजर भेज दिता। तो वैसट इंडीज़ दौरे का हिस्सा ही नहीं सन, हुण दूजे पासे रौला पै रहा कि उन्होंने क्यों भेज दिता गया है। कच्चे मुलाजमान पक्का करने लिए गठित कैबिनेट सब कमेटी की मीटिंग हुई मुलतवी। हुण सड़कां ते नज़र नहीं आउणगे, टोल प्लाजा फास्टैग भी दी नहीं होवेगी लोड़ ते टोल वसूली लई चुके जा रहे ने नवें कदम। अज दे समें विच देश डिजिटल वल वध रहा जी। खाण पीन, रहन सहन, खरीदारी तो लैके यात्रा तक सब कुछ ऑनलाइन हो रहा जी। डिजिटाइजेशन राही केंद्र सरकार दे देश के लोगों को राहत है, सहूलतां प्रदान कीतियां ने। वाहन सवारियां दी गल करिए तां हुण जल्द ही सड़कां ते लगे टोल प्लाजे भी आधुनिक सहूलतां नाल लैस होणगे। नवीं व्यवस्था के तहत आने वाले समय जो तुहानूं सड़कां ते टोल प्लाजा नहीं दिखाई देवेगा, GPS राही टोल वसूली की जाएगी। केंद्रीय सड़क आवाजाई ते राजमार्ग मंत्री नितिन गडकरी ने कहा कि टोल बूथां नूं पूरी तरह GPS आधारित टोल वसूल प्रणाली में बदल दिता जाएगा। जे चलते वाहनों तो GPS इमेजिंग राही टोल वसूलिया जाएगा। मौजूदा समय जो टोल फीस की गिनती इस आधार पर की जाती है कि कोई गाड़ी हाईवे पर कितना किलोमीटर सफर तय करेगी। हालांकि यूरोपियन देशों के GPS आधार तो प्रणाली की सफलता कारण भारत में भी इसको अपनाने के लिए कदम चुके जा रहे हैं। बंबीहा गैंग का गैंगस्टर हैप्पी भुल्लर गिरफ्तार। सो एंटी टास्क फोर्स पंजाब ने बंबीहा गैंग का गैंगस्टर हैप्पी भुल्लर गिरफ़्तार किया। काफ़ी समय तो भगौड़ा सी, AGTF अधिकारियों ने इसकी पुष्टि की, पर यह नहीं दसिया कि कितों गिरफ़्तार किया है। बंबीहा गैंग ने पहला भी पोस्ट के दावा किया कि पुलिस ने 2 दिन पहला हैप्पी ने चुकया। सिद्धू मूसेवाला कतल तो बाद गैंग वार मुड़ शुरू होने का डर है। राष्ट्रमंडल खेडों के समाप्ति समारोह चु वजा सिद्धू मूसेवाले का गीत 295। सरकार वालों आटा होम डिलीवरी नकली गरीबों लिए बनी चिंता। खुलन गए पित्त। सो पंजाब सरकार वालों 36 लाख परिवारों आटे की होम डिलीवरी देने की प्रक्रिया शुरू होने नाल आम जनता जो जिते खुशी देखने मिल रही है क्योंकि राशन लैन समय डिपुआ के बाहर कई कई घंटे अपनी वारी का इंतजार करना पैंदा। दूजे पासे व्यक्तियों के चेहरे ते चिंता दीआं लकीरां आण लग पईआं ने जिन्हां ने अपनी पछाण छुपा के लोड़वंदां दे हक्कां ते डाका मारिया। जिस स्कीम के तहत नजायज़ कार्ड धारक लोगों के गरीब होण दे भेत खुलणगे। सरकार वालों जदों होम डिलीवरी वैन घर पहुँचेगी तो नजायज़ कार्ड धारकों का शक उजागर होणगे। सरकार के इस फैसले का स्वागत करदे आं नगर कौंसल के सीनियर मीत प्रधान सुखदीप सोनी, सतीश कुमार सिंगला ते बलविंदर सिंह ने कहा जी सरकार का यह फैसला गरीब लोगों के हक चू चंगा फैसला है। देश के इन सूबों चू भारी मीह आदा अलर्ट। पंजाब और दिल्ली का मौसम कहो जा रहा है जी। 2-3 दिन भारी मीह की बहुत वड्डी भविखबाणी की गई है। चैनल दे भाई शॉर्ट वीडियो चैक करो। पंजाब ते हरियाणा हाईकोर्ट ने 769 कलर्क दी असामियां लई कढ़ियां परतियां। पंजाब ते हरियाणा हाईकोर्ट ने नौकरी का वधिया मौका दे रहा जी। हरियाणा हाईकोर्ट ने
ਕਲਰਕ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਨੇ। ਅਜਿਹੀ ਸਥਿਤੀ ਵਿੱਚ ਸਾਰੇ ਉਮੀਦਵਾਰ ਜੋ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਨੇ SSSC.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਨੇ। ਬਿਹਾਰ ਦੇ ਵਿੱਚ ਮਹਾਂਗਠਜੋੜ ਦੀ ਨਵੀਂ ਸਰਕਾਰ ਅੱਜ ਸ਼ਾਮੀ 4 ਵਜੇ ਚੁੱਕੇਗੀ ਸਹੁੰ। ਰਾਜਪਾਲ ਨੂੰ ਸੌਂਪੇ ਪੱਤਰ ਦੇ ਵਿੱਚ 164 ਵਿਧਾਇਕਾਂ ਦਾ ਸਮਰਥਨ ਹੈ ਅਤੇ ਇਸ ਪੱਖ ਵਿੱਚ 7 ਪਾਰਟੀਆਂ ਦੇ ਵਿਧਾਇਕ ਸ਼ਾਮਲ ਨੇ। ਨਿਤਿਸ਼ ਕੁਮਾਰ ਅਤੇ ਤੇਜਸਵੀ ਯਾਦਵ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੱਲਬਾਤ ਕੀਤੀ ਸਾਂਝੀ ਗੱਲਬਾਤ 'ਚੋਂ ਨਿਤਿਸ਼ ਨੇ ਕਿਹਾ ਕਿ ਮੈਂ ਇੱਥੇ ਰਾਜਪਾਲ ਨੂੰ ਮਿਲਣ ਆਇਆ ਸੀ ਅਤੇ ਆਪਣਾ ਅਸਤੀਫਾ ਸੌਂਪਿਆ। ਬਿਹਾਰ ਦੀ ਸੇਵਾ ਕਰਨਾ ਸਾਡਾ ਏਜੰਡਾ ਹੈ। ਸਾਨੂੰ 7 ਪਾਰਟੀਆਂ ਦਾ ਸਮਰਥਨ ਹੈ। ਇਸ ਵਿੱਚ ਖੱਬੇ ਪੱਖੀ ਅਤੇ ਜੀਨਤ ਰਾਮ ਮਾਂਝੀ ਦੀ ਪਾਰਟੀ ਸ਼ਾਮਲ ਹੈ। ਨਿਤਿਸ਼ ਕੁਮਾਰ RCP ਸਿੰਘ ਦੇ ਨਾਂ ਲਏ ਬਿਨਾਂ ਹੀ ਭਾਜਪਾ 'ਤੇ ਉਹਨਾਂ ਨੇ ਨਿਸ਼ਾਨੇ ਵੀ ਸਾਧੇ। ਸਸਤੀ ਹੋਵੇਗੀ ਕਣਕ, ਇੰਪੋਰਟ ਡਿਊਟੀ ਤੋਂ ਕਟੌਤੀ ਕਰ ਸਕਦੀ ਹੈ ਸਰਕਾਰ। ਕਣਕ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੇ ਲਈ ਸਰਕਾਰ ਵੱਲੋਂ ਕਣਕ ਦੀ ਦਰਾਮਦ 'ਤੇ 40% ਡਿਊਟੀ ਖਤਮ ਕਰ ਸਕਦੀ ਹੈ, ਜਿਸ ਦੇ ਨਾਲ ਵਪਾਰੀਆਂ ਲਈ ਸਟਾਕ ਸੀਮਾ 'ਤੇ ਵੀ ਰੋਕ ਲਾਈ ਜਾਵੇਗੀ। ਕਣਕ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਦੇਸ਼ ਭਾਰਤ ਵਿੱਚ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਨੇ। ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਡੀਲ ਖਤਮ ਕਰਨ ਦੀ ਦਿੱਤੀ ਚੇਤਾਵਨੀ। ਫੈਡਰਲ NDP ਨੇਤਾ ਜਗਮੀਤ ਸਿੰਘ ਨੇ ਮਾਰਚ ਵਿੱਚ ਸੁਰਖੀਆਂ 'ਚ ਆਏ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਸਮਝੌਤਾ ਕੀਤਾ ਜਿਸ ਨਾਲ ਕੈਨੇਡੀਅਨ ਨੂੰ ਦੰਦਾਂ ਦੀ ਦੇਖਭਾਲ ਪ੍ਰੋਗਰਾਮ ਤਹਿਤ ਸਹੂਲਤਾਂ ਪ੍ਰਵਾਨ ਕਰਨ ਵਿੱਚ ਮਦਦ ਮਿਲ ਸਕਦੀ ਸੀ। ਦੋਵਾਂ ਨੇ ਭਰੋਸੇ 'ਤੇ ਸਪਲਾਈ ਸਮਝੌਤੇ ਦਾ ਮਤਲਬ ਹੋਵੇਗਾ ਜੇਕਰ ਕੁਝ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਨਿਊ ਡੈਮੋਕਰੇਟਿਕਸ ਟਰੂਡੋ ਦੀ ਲਿਬਰਲ ਸਰਕਾਰ ਨੂੰ 2025 ਤੱਕ ਸੱਤਾ ਵਿੱਚ ਰੱਖਣ ਦੀ ਮਦਦ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ। ਪਿੰਡਾਂ ਦੇ ਵਿਕਾਸ ਲਈ 760 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੇ ਹੁਕਮ। ਮੀਡੀਆ ਵੱਲੋਂ ਪਾਰਟੀ ਦੀ ਮੀਟਿੰਗ ਨੂੰ ਬਾਗੀ ਪ੍ਰਚਾਰ ਦਿਖਾਉਣ ਦਾ ਚੰਦੂ ਮਾਜਰਾ ਨੇ ਲਿਆ ਸਖ਼ਤ ਨੋਟਿਸ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ। ਆਪ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੋਲਡੀ ਬਰਾੜ ਦਾ ਸਾਥੀ ਦੱਸ ਕੇ ਗੈਂਗਸਟਰ ਨੇ ਮੰਗੀ ਫਰੌਤੀ। ਲੁਧਿਆਣਾ 'ਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਇੱਕ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਵਿਧਾਇਕ ਕੋਲੋਂ 25 ਲੱਖ ਦੀ ਫਰੌਤੀ ਮੰਗੀ ਗਈ ਹੈ ਜੀ। ਵਿਧਾਇਕ ਗੋਗੀ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। 10 ਦਿਨਾਂ ਤੋਂ ਉਹਨਾਂ ਦੇ ਵਟਸਐਪ 'ਤੇ ਲਗਾਤਾਰ ਕਾਲ ਆ ਰਹੀ ਹੈ। ਕਾਲ ਕਰਨ ਵਾਲਾ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਦੱਸ ਰਿਹਾ। ਉਸਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸਨੂੰ ਫਰੌਤੀ 25 ਲੱਖ ਰੁਪਏ ਦੀ ਰਕਮ ਨਹੀਂ ਦਿੱਤੀ ਗਈ ਤਾਂ ਉਹ ਉਸਨੂੰ ਜਾਨੋਂ ਮਾਰ ਦੇਵੇਗਾ। ਲਾਲਜੀਤ ਭੁੱਲਰ ਮੁੜ ਵਿਵਾਦਾਂ 'ਚੋਂ ਲਾਲ ਕਿਲ੍ਹਾ ਹਿੰਸਾ 'ਚੋਂ ਆਏ ਨਜ਼ਰ। ਖਹਿਰਾ ਅਤੇ ਮਾਨ ਨੇ ਕੇਜਰੀਵਾਲ ਤੋਂ ਮੰਗਿਆ ਜਵਾਬ। ਸੋ ਵੱਡੀ ਖਬਰ ਆ ਜੀ। ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਮੰਤਰੀ ਮੁੜ ਵਿਵਾਦਾਂ 'ਚੋਂ ਘਿਰਦੇ ਆ ਰਹੇ ਨੇ। ਬੀਤੇ ਸਾਲ ਕਿਸਾਨ ਅੰਦੋਲਨ ਦੇ ਦੌਰਾਨ ਲਾਲ ਕਿਲ੍ਹਾ ਦੀ ਇੱਕ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ। ਹਾਲਾਂਕਿ ਕੇਜਰੀਵਾਲ ਜਾਂ ਮਾਨ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਵੀਡੀਓ 26 ਜਨਵਰੀ ਦੀ ਹੈ ਜਦੋਂ ਦੀਪ ਸਿੱਧੂ ਨੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਚਲਾਇਆ ਸੀ। ਉਸ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਵਿਖਾਈ ਦੇ ਰਹੇ ਨੇ। ਵੀਡੀਓ ਵਿੱਚ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਵਾਬ ਮੰਗਿਆ ਹੈ ਕਿ ਤੁਹਾਡਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀਪ ਸਿੱਧੂ ਨਾਲ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਦਾ ਵਿੱਚ ਹਿੱਸੇਦਾਰ ਹੈ ਜਾਂ ਨਹੀਂ। ਜੇਕਰ ਹਾਂ ਤਾਂ ਸਾਡਾ ਮੁੱਖ ਮੰਤਰੀ ਉਸਨੂੰ ਦੇਸ਼ ਵਿਰੋਧੀ ਕਿਵੇਂ ਕਹਿੰਦਾ ਹੈ ਅਤੇ ਜੇ ਉਹ ਆਪਣੀ ਕੈਬਨਿਟ ਦੇ ਵਿੱਚ ਮੰਤਰੀ ਕਿਵੇਂ ਰੱਖਦਾ? ਮੈਂ ਸੁਧਾਰ ਦੇ ਅਧੀਨ ਹਾਂ। ਪੰਜਾਬ ਸਰਕਾਰ ਆਟੇ ਦੀ ਹੋਮ ਡਿਲੀਵਰੀ ਲਈ ਤਿਆਰ, ਜਲਦੀ ਜਲਦੀ ਘਰ ਪਹੁੰਚੇਗਾ ਰਾਸ਼ਨ। ਸੋ ਵੱਡੀ ਖਬਰ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹੁਦਾ ਸੰਭਾਲਣ ਦੇ ਕੁਝ ਹਫ਼ਤਿਆਂ ਅੰਦਰ ਐਲਾਨੀ ਗਈ ਇਸ ਸਕੀਮ ਨੂੰ ਲਾਗੂ ਕਰਨ ਦੇ ਬਾਰੀਕ ਵੇਰਵੇ ਦੀ ਤਿਆਰੀ ਲਈ ਕੀਤੀ ਜਾ ਰਹੀ ਹੈ। ਤੈਅ ਸਮਾਂ ਤੋਂ ਪਹਿਲਾਂ ਸੰਸਦ ਸੈਸ਼ਨ ਖਤਮ, ਬੋਲਣ ਦਾ ਸਮਾਂ ਨਾ ਮਿਲਣ 'ਤੇ ਤੱਤੇ ਹੋਏ MP ਮਾਨ। ਸੋ ਉਹਨਾਂ ਨੇ ਪੜਾਸ ਕੱਢੀ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਬਿਨਾਂ ਕੋਈ ਕਾਰਨ ਦੱਸੇ ਸੰਸਦ ਨੂੰ ਮੁਲਤਵੀ ਕਰਨਾ ਅਪਮਾਨਜਨਕ ਹੈ ਅਤੇ ਇਹ ਦਰਸਾਉਂਦਾ ਕਿ ਸੰਸਦ ਮੈਂਬਰਾਂ 'ਤੇ ਭਰੋਸਾ ਨਹੀਂ ਹੈ। ਉਹਨਾਂ ਨੇ ਕਿਹਾ ਜੀ, ਘੱਟ ਗਿਣਤੀ ਸਿੱਖ ਹੋਣ ਦੇ ਨਾਂ 'ਤੇ ਮੈਨੂੰ ਬੋਲਣ ਦਾ ਸਮਾਂ ਨਹੀਂ ਮਿਲਿਆ। ਸੰਸਦ ਪੂਰੀ ਤਰ੍ਹਾਂ ਬਹੁ ਗਿਣਤੀ ਅਤੇ ਸਰਵ ਉੱਚਵਾਦੀ ਆ, ਘੱਟ ਗਿਣਤੀ ਹੋਣਾ ਮਾੜੀ ਕਿਸਮਤ ਹੈ। ਦੱਸ ਦਈਏ ਕਿ ਸੰਸਦ ਦੇ ਦੋਵੇਂ ਸਦਨਾਂ ਨੂੰ ਸੋਮਵਾਰ ਦੁਪਹਿਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਅਜਿਹਾ 7ਵੀਂ ਵਾਰ ਹੋਇਆ ਜਦੋਂ ਸੰਸਦ ਦੇ ਦੋਵੇਂ ਸਦਨਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਮੁਲਤਵੀ ਕਰ ਦਿੱਤਾ ਹੈ। CM ਭਗਵੰਤ ਮਾਨ ਦੀ ਰਿਹਾਇਸ਼ ਦੇ ਉੱਪਰ ਦਿਖਾਈ ਦਿੱਤੇ ਡਰੋਨ, ਖੁੱਲ੍ਹਿਆ ਭੇਤ ਭਾਰਤੀ ਫੌਜ ਦਾ ਸੀ ਡਰੋਨ। ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਉੱਪਰ ਦਿਖਾਈ ਦਿੱਤਾ ਡਰੋਨ ਭਾਰਤੀ ਹਵਾਈ ਸੈਨਾ ਤੋਂ ਨਿਕਲਿਆ। ਹਾਸਲ ਜਾਣਕਾਰੀ ਦੇ ਮੁਤਾਬਕ 4 ਅਤੇ 8 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਪਰ ਇੱਕ ਡਰੋਨ ਆਵਾਜ਼ ਸਹਿਤ ਦਿਖਾਈ ਦਿੱਤਾ। ਇਸ ਡਰੋਨ ਨੂੰ CM ਸੁਰੱਖਿਆ ਵਿੱਚ ਲੱਗੇ ਸੁਰੱਖਿਆ ਬਲਾਂ ਨੇ ਦੇਖਿਆ ਅਤੇ ਇਸ ਬਾਰੇ DGP CM ਸੁਰੱਖਿਆ AK ਪਾਂਡੇ ਨੇ ਕਿਹਾ ਕਿ ਜਾਂਚ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਅਤੇ ਇਹ ਡਰੋਨ ਹਵਾਈ ਸੈਨਾ ਦਾ ਸੀ। 2 ਵਾਰੀ ਖੋਜ ਉਡਾਣ 'ਤੇ ਸੀ।
ਗੁਰਦਾਸਪੁਰ ਦੇ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ। ਸੁਖਬੀਰ ਬਾਦਲ ਨੇ 5 ਮੈਂਬਰੀ ਅਨੁਸ਼ਾਸਨੀ ਕਮੇਟੀ ਨੂੰ ਕੀਤਾ ਕਾਇਮ। ਸੰਤ ਸੀਚੇਵਾਲ ਨੇ ਨਿਭਾਇਆ ਪੰਜਾਬੀ ਪੁੱਤਰ ਹੋਣ ਦਾ ਫਰਜ਼। ਵਿਨਾਇਕੇ ਨਾਇਡੂ ਨੇ ਵਿਦਾਇਗੀ ਸਮੇਂ ਦਿੱਤਾ ਸ਼ਾਨਦਾਰ ਤੋਹਫ਼ਾ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, ਗੰਨਾ ਕਿਸਾਨਾਂ ਵੱਲੋਂ ਦੂਜੇ ਦਿਨ ਧਰਨਾ ਜਾਰੀ, ਹਾਈਵੇ ਜਾਮ, ਸਰਕਾਰ ਨੂੰ ਦਿੱਤੀ ਚੇਤਾਵਨੀ। ਸੋ ਲੁਧਿਆਣਾ ਹਾਈਵੇ ਨੂੰ ਫਗਵਾੜਾ ਸ਼ੂਗਰ ਮਿਲ ਚੌਂਕ ਤੋਂ ਬੰਦ ਕਰ ਦਿੱਤਾ ਗਿਆ ਅਤੇ ਅਣਮਿੱਥੇ ਸਮੇਂ ਦੇ ਲਈ ਧਰਨਾ ਲਾ ਦਿੱਤਾ ਗਿਆ। ਗੰਨਾ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਤੋਂ ਬਾਅਦ ਫਗਵਾੜਾ ਪੁਲਿਸ ਨੇ ਟ੍ਰੈਫਿਕ ਡਾਇਵਰਟ ਕਰਕੇ ਰੂਟ ਪਲਾਨ ਜਾਰੀ ਕਰ ਦਿੱਤਾ। ਪਲਾਨ ਅਨੁਸਾਰ ਲੁਧਿਆਣਾ ਦਿੱਲੀ ਜਾਣ ਵਾਲੇ ਹਾਈਵੇ ਵਹੀਕਲਸ ਨੂੰ ਮਹਿਟਾ ਬਾਈਪਾਸ ਚੌਂਕ ਤੋਂ ਮੁਹਾਲੀ ਬਾਈਪਾਸ ਡਾਇਵਰਟ ਕਰ ਦਿੱਤਾ ਗਿਆ ਹੈ। ਦੁਨੀਆ ਭਰ 'ਚੋਂ ਗੂਗਲ ਸਰਵਰ ਹੋਇਆ ਡਾਊਨ, ਕਈ ਘੰਟੇ ਪਰੇਸ਼ਾਨ ਰਹੇ ਲੱਖਾਂ ਯੂਜ਼ਰ। ਮੰਗਲਵਾਰ ਸਵੇਰੇ ਸਵੇਰੇ ਗੂਗਲ ਦਾ ਸਰਵਰ ਡਾਊਨ ਹੋ ਗਿਆ, ਲੱਖਾਂ ਯੂਜ਼ਰ ਪਰੇਸ਼ਾਨ ਸਨ। ਯੂਜ਼ਰ ਗਲਤੀ ਸੁਨੇਹਾ ਦੇਖ ਰਹੇ ਸਨ। ਦੁਨੀਆ ਭਰ ਦੇ ਗੂਗਲ ਸਰਵਰ ਡਾਊਨ ਹੋਣ ਦੀਆਂ ਸ਼ਿਕਾਇਤਾਂ ਜਿਹੜੀਆਂ ਚੈੱਕ ਕੀਤੀਆਂ ਗਈਆਂ। ਹਫ਼ਤੇ 'ਚੋਂ 6 ਦਿਨ ਰਹਿਣਗੇ ਬੈਂਕ ਬੰਦ, RBI ਨੇ ਛੁੱਟੀਆਂ ਕੀਤੀਆਂ ਜਾਰੀ। ਸੋ ਇਹ ਵੀ ਵੱਡੀ ਅਤੇ ਧਿਆਨ ਦੇਣ ਯੋਗ ਖਬਰ ਹੈ ਦੋਸਤੋ। ਇਹ ਸਨ ਸੂਬੇ